ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਗੁਰਸਿੱਖ ਇਹ ਪੁੱਛਦੇ ਹਨ ਕਿ ਜੇ ਕੋਈ ਵਿਅਕਤੀ ਤੁਹਾਡੀ ਬਹੁਤ ਨਿੰਦਿਆ ਕਰੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਇਹ ਮੁੱਢਲਾ ਇਨਸਾਨੀ ਸੁਭਾਅ ਹੈ ਕਿ ਅਸੀਂ ਪਿਆਰ, ਸਤਿਕਾਰ ਅਤੇ ਲੋਕਾਂ ਦੀ ਚਾਹਤ ਚਾਹੁੰਦੇ ਹਾਂ, ਪਰ ਜਦੋਂ ਸਾਡੀ ਨਿੰਦਿਆ ਹੁੰਦੀ ਹੈ ਅਸੀਂ ਬਹੁਤ ਵਿਚਲਿਤ ਹੋ ਜਾਂਦੇ ਹਾਂ। ਬਹੁਤ ਵਾਰੀ ਜਦੋਂ ਕਿਸੇ ਦੀ ਨਿੰਦਿਆ ਹੁੰਦੀ ਹੈ ਤਾਂ ਅੱਗੋਂ ਨਿੰਦਿਆ ਦਾ ਸ਼ਿਕਾਰ ਵਿਅਕਤੀ ਬਹੁਤ ਅਪਸੈਟ ਹੁੰਦਾ ਹੈ। ਜੇ ਨਿੰਦਿਆ ਕਰਨ ਵਾਲਾ ਮਾੜਾ ਜਾਂ ਬਰਾਬਰ ਦਾ ਹੋਵੇ ਤਾਂ ਉਸ ਨਾਲ ਗੁੱਸੇ ਅਧੀਨ ਹੋ ਕੇ ਲੜਾਈ ਹੋ ਜਾਂਦੀ ਹੈ, ਅਤੇ ਜੇ ਨਿੰਦਿਆ ਕਰਨ ਵਾਲਾ ਤਕੜਾ ਹੋਵੇ ਤਾਂ ਨਿੰਦਾ ਦਾ ਸ਼ਿਕਾਰ ਵਿਅਕਤੀ ਉਦਾਸ ਅਤੇ ਡਿਪਰੈਸ ਹੋ ਜਾਂਦਾ ਹੈ। ਆਮ ਲੋਕਾਂ ਨੇ ਤਾਂ ਜੋ ਕਰਨਾ ਹੈ ਸੋ ਕਰਨਾ ਹੈ। ਅਸੀਂ ਦੇਖਣਾ ਹੈ ਕਿ ਨਿੰਦਿਆ ਹੋਣ ਦੀ ਸੂਰਤ ਵਿੱਚ ਗੁਰਸਿੱਖਾਂ ਪ੍ਰਤੀ ਗੁਰੂ ਸਾਹਿਬ ਜੀ ਦੇ ਕੀ ਹੁਕਮ ਹਨ। ਸੋ ਅਸੀਂ ਅੱਜ ਦੀ ਵੀਡੀਓ ਵਿੱਚ ਇਹ ਵਿਚਾਰ ਕਰਾਂਗੇ ਕਿ ਗੁਰਬਾਣੀ ਅਤੇ ਗੁਰਮਤਿ ਦੀ ਰਵਾਇਤ ਸਾਨੂੰ ਨਿੰਦਿਆ ਹੋਣ ਦੀ ਸੂਰਤ ਵਿੱਚ ਕੀ ਅਗਵਾਈ ਦਿੰਦੀ ਹੈ। ਸੋ ਸੰਗਤ ਜੀ, ਨਿੰਦਿਆ ਦੇ ਪੀੜਤਾਂ ਲਈ ਗੁਰਮਤ ਅਨੁਸਾਰ ਇਹ ਕੁਝ ਨੁਕਤੇ ਪੇਸ਼ ਹਨ ਜੀ। ਗੁਰਬਾਣੀ ਵਿੱਚ ਰਾਗ ਬੈਰਾੜੀ ਵਿੱਚ ਪੰਚਮ ਪਾਤਸ਼ਾਹ ਨੇ ਨਿੰਦਿਆ ਦਾ ਸ਼ਿਕਾਰ ਹੋਣ ਵਾਲੇ ਗੁਰਸਿੱਖਾਂ ਹਰਜਨਾਂ ਵਾਸਤੇ ਬਹੁਤ ਸੁੰਦਰ ਉਪਦੇਸ਼ ਕੀਤਾ ਹੈ, ਜੋ ਕਿ ਇਸ ਪ੍ਰਕਾਰ ਹੈ। ਬੈਰਾੜੀ ਮਹੱਲਾ ਚੌਥਾ, ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾਵੈ ਰਹਾਓ। ਗੁਰੂ ਜੀ ਹੁਕਮ ਕਰਦੇ ਹਨ ਕਿ ਹਰੀ ਦੇ ਜਨ ਗੁਰਮੁਖ ਨੂੰ ਚਾਹੀਦਾ ਹੈ ਕਿ ਉਹ ਹਰ ਗੁਣ ਭਾਵ ਗੁਰਬਾਣੀ ਗਾਈ ਜਾਵੇ, ਅਤੇ ਜੇ ਕੋਈ ਉਸਦੀ ਨਿੰਦਾ ਕਰਦਾ ਹੈ ਤਾਂ ਉਹ ਆਪਣਾ ਗੁਣ ਨਾ ਗਵਾਵੇ। ਗੁਰਮੁਖ ਨੂੰ ਆਪਣਾ ਗੁਰਮੁਖ ਹੋਣ ਵਾਲਾ ਗੁਣ ਕਦੇ ਨਹੀਂ ਗਵਾਉਣਾ ਚਾਹੀਦਾ। ਜੇ ਨਿੰਦਕ ਨਿੰਦਿਆ ਕਰੇ ਤਾਂ ਹਰਜਨ ਅੱਗੋਂ ਨਿੰਦਿਆ ਨਹੀਂ ਕਰ ਸਕਦਾ, ਸਗੋਂ ਬੇਪਰਵਾਹ ਹੋ ਕੇ ਗੁਰਬਾਣੀ ਗਾਉਂਦਾ ਹੈ। ਉਹ ਸ਼ਾਂਤੀ ਨਹੀਂ ਗਵਾ ਸਕਦਾ, ਸਗੋਂ ਸ਼ਾਂਤ ਰਹਿ ਕੇ ਵਾਹਿਗੁਰੂ ਨੂੰ ਧਿਆਵੇ। ਇਸ ਤਰ੍ਹਾਂ ਕਰਨ ਨਾਲ ਉਸਦੇ ਮਨ ਵਿੱਚ ਸ਼ਾਂਤੀ ਰਹਿੰਦੀ ਹੈ ਅਤੇ ਨਿੰਦਿਆ ਉਸਦਾ ਕੁਝ ਨਹੀਂ ਵਿਗਾੜ ਸਕਦੀ। ਸੋ ਜੋ ਮਰਜ਼ੀ ਹੋ ਜਾਵੇ, ਦੁਸ਼ਟਾਂ ਨਿੰਦਕਾਂ ਨਾਲ ਡੀਲ ਕਰਦੇ ਸਮੇਂ ਗੁਰਮੁਖਾਂ ਨੂੰ ਆਪਣੀ ਗੁਰਮੁਖਤਾਈ ਨਹੀਂ ਛੱਡਣੀ ਚਾਹੀਦੀ। ਇਹ ਗੱਲ ਤਾਂ ਤੈਅ ਹੈ ਕਿ ਅਸੀਂ ਜੋ ਮਰਜ਼ੀ ਕਰੀਏ ਜਾਂ ਕੁਝ ਵੀ ਨਾ ਕਰੀਏ, ਸਾਡੇ ਬਾਰੇ ਲੋਕਾਂ ਦੇ ਕੁਝ ਨਾ ਕੁਝ ਵਿਚਾਰ ਤਾਂ ਹੋਣੇ ਹੀ ਹਨ। ਲੋਕਾਂ ਨੇ ਕੁਝ ਨਾ ਕੁਝ ਤਾਂ ਕਹਿਣਾ ਹੀ ਹੁੰਦਾ ਹੈ। ਗੁਰੂ ਜੀ ਦੱਸਦੇ ਹਨ ਕਿ ਕਰਮ ਕਰੈ ਤਾਂ ਬੰਦਾ, ਨਹਿ ਕਰੈ ਤਾਂ ਨਿੰਦਾ। ਭਾਵ ਜੇ ਦੁਨਿਆਵੀ ਕਰਮ ਕੀਤੇ ਜਾਣ ਤਾਂ ਬੰਧਨ ਗੱਲ ਪੈਂਦੇ ਹਨ, ਅਤੇ ਜੇ ਨਾ ਕੀਤੇ ਜਾਣ ਤਾਂ ਨਿੰਦਿਆ ਹੁੰਦੀ ਹੈ। ਸੋ ਜਦੋਂ ਅਸੀਂ ਵੀ ਕੁਝ ਕਰਾਂਗੇ ਤਾਂ ਕੁਝ ਲੋਕ ਸਾਨੂੰ ਮਾੜਾ ਕਹਿਣਗੇ ਅਤੇ ਕੁਝ ਲੋਕ ਚੰਗਾ ਕਹਿਣਗੇ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਪੋ ਆਪਣੀ ਮਤ ਅਨੁਸਾਰ ਹਰੇਕ ਨੇ ਸਾਡੇ ਕੀਤੇ ਕੰਮਾਂ ਨੂੰ ਜੱਜ ਕਰਨਾ ਹੈ ਅਤੇ ਉਸ ਮੁਤਾਬਕ ਸਾਡੀ ਨਿੰਦਿਆ ਜਾਂ ਉਸਤਤ ਕਰਨੀ ਹੈ। ਇਹ ਤਾਂ ਇੱਕ ਟੱਲ ਸੱਚਾਈ ਹੈ। ਸੋ ਸਾਨੂੰ ਉਸਤਤ ਨਿੰਦਿਆ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਸਾਡੇ ਕੰਮਾਂ ਦੀ ਸੁਭਾਵਿਕ ਆਲੋਚਨਾ ਹੋਣ 'ਤੇ ਪਰੇਸ਼ਾਨ ਹੋਣਾ ਗੁਰਸਿੱਖ ਦਾ ਕੰਮ ਨਹੀਂ। ਜਿੰਨੀ ਕਿਸੇ ਵਿੱਚ ਹੋਮੇ ਹੋਵੇ ਓਨਾ ਹੀ ਆਲੋਚਨਾ ਜਾਂ ਨਿੰਦਿਆ ਹੋਣ 'ਤੇ ਅਪਸੈਟ ਹੁੰਦਾ ਹੈ। ਸੋ ਮਾੜੀ ਮੋਟੀ ਨਿੰਦਿਆ ਜਾਂ ਆਲੋਚਨਾ 'ਤੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਕਈ ਵਿਦਵਾਨ ਤਾਂ ਇੱਥੋਂ ਤੱਕ ਵੀ ਕਹਿੰਦੇ ਹਨ ਕਿ ਜੇ ਲੋਕ ਤੁਹਾਡੀ ਨਿੰਦਿਆ ਕਰ ਰਹੇ ਹਨ ਤਾਂ ਇਹ ਨਿਸ਼ਾਨੀ ਹੈ ਕਿ ਤੁਸੀਂ ਕੁਝ ਕਰ ਰਹੇ ਹੋ। ਜੋ ਵਿਅਕਤੀ
ਕੁਝ ਕਰਦਾ ਹੀ ਨਹੀਂ ਜਾਂ ਜੋ ਸਮਾਜ ਦੀ ਭੀੜ ਚਾਲ ਮੁਤਾਬਕ ਚੱਲਦਾ ਹੈ ਉਸ ਨੂੰ ਕੋਈ ਮਾੜਾ ਨਹੀਂ ਕਹਿੰਦਾ। ਜੇ ਲੋਕ ਤੁਹਾਡੀ ਬਹੁਤੀ ਨਿੰਦਿਆ ਕਰ ਰਹੇ ਹਨ ਪਰ ਤੁਸੀਂ ਆਪਣੇ ਵੱਲੋਂ ਭਲਾ ਕਰ ਰਹੇ ਹੋ ਜਾਂ ਨੇਕੀ ਵਾਲੇ ਕੰਮ ਕਰ ਰਹੇ ਹੋ ਤਾਂ ਸਮਝ ਲਓ ਕਿ ਜੋ ਤੁਸੀਂ ਕਰ ਰਹੇ ਹੋ ਉਹ ਬਹੁਤ ਅਸਰਦਾਇਕ ਹੈ। ਤੁਹਾਡੇ ਨੇਕੀ ਵਾਲੇ ਕੰਮ ਤੋਂ ਬਦੀ ਦੇ ਗਿੱਜੇ ਹੋਏ ਲੋਕ ਪਰੇਸ਼ਾਨ ਹੋ ਰਹੇ ਹਨ ਅਤੇ ਤੁਹਾਡੀ ਨਿੰਦਿਆ ਕਰ ਰਹੇ ਹਨ। ਜਦੋਂ ਵੀ ਕੋਈ ਮਨੁੱਖ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਨਿੰਦਿਆ ਜ਼ਰੂਰ ਹੁੰਦੀ ਹੈ। ਇਹ ਕਲਯੁੱਗ ਦੀ ਨਿਸ਼ਾਨੀ ਹੈ, ਜੈਸਾ ਕਿ ਇਹ ਗੁਰਵਾਕ ਹੈ, ਮਿੱਠੇ ਕੋ ਕੌੜਾ ਕਹੈ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰਹੈ, ਐਸਾ ਕਲ ਮੈਂ ਡੀਠਾ। ਲੋਕ ਮਿੱਠੇ ਨੂੰ ਕੌੜਾ ਕਹਿੰਦੇ ਹਨ ਅਤੇ ਕੌੜੇ ਨੂੰ ਮਿੱਠਾ ਕਹਿੰਦੇ ਹਨ। ਉਹ ਨਾਮ ਵਿੱਚ ਰੰਗੇ ਹੋਏ ਦੀ ਨਿੰਦਿਆ ਕਰਦੇ ਹਨ। ਐਸਾ ਕਲਯੁੱਗ ਵਿੱਚ ਹੀ ਦੇਖਿਆ ਜਾਂਦਾ ਹੈ। ਸੋ ਗੁਰਸਿੱਖ ਨੂੰ ਵਿਚਲਿਤ ਨਹੀਂ ਹੋਣਾ ਚਾਹੀਦਾ, ਨੇਕੀ ਕਰੀ ਜਾਵੇ, ਪਰਵਾਹ ਨਾ ਕਰੇ। ਜਿਵੇਂ ਹਾਥੀਆਂ ਦਾ ਕਾਫਲਾ ਕੁੱਤਿਆਂ ਦੇ ਭੌਂਕਣ ਨਾਲ ਰੁਕਦਾ ਨਹੀਂ, ਉਸੇ ਤਰ੍ਹਾਂ ਹੀ ਨੇਕੀ ਕਰਨ ਵਾਲਿਆਂ ਨੂੰ ਨਜਾਇਜ਼ ਨਿੰਦਿਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜੇ ਹਾਥੀ ਕੁੱਤੇ ਦੇ ਭੌਂਕਣ ਦਾ ਜਵਾਬ ਦੇਣ ਲੱਗ ਜਾਵੇ ਤਾਂ ਇਹ ਕੁੱਤਿਆਂ ਵਾਲਾ ਕੰਮ ਹੋਵੇਗਾ, ਫਿਰ ਉਹ ਹਾਥੀ ਨਹੀਂ ਰਹੇਗਾ ਸਗੋਂ ਕੁੱਤਾ ਬਣ ਜਾਵੇਗਾ। ਜੇ ਗੁਰਮੁਖ ਨਿੰਦਕ ਦੀ ਨਿੰਦਿਆ ਸੁਣ ਕੇ ਭੜਕ ਕੇ ਅੱਗੋਂ ਉਸ ਦੀ ਨਿੰਦਿਆ ਕਰਨ ਲੱਗ ਜਾਵੇ ਤਾਂ ਉਹ ਗੁਰਸਿੱਖ ਨਹੀਂ ਰਹੇਗਾ ਬਲਕਿ ਨਿੰਦਕ ਬਣ ਜਾਵੇਗਾ। ਸੋ ਗੁਰਸਿੱਖ ਸੁਚੇਤ ਰਹਿਣ। ਜਦੋਂ ਸ਼ੇਰ ਨੂੰ ਦੇਖ ਕੇ ਕੁੱਤਾ ਭੌਂਕਦਾ ਹੈ ਤਾਂ ਸ਼ੇਰ ਅੱਗੋਂ ਦਹਾੜਿਆ ਨਹੀਂ ਕਰਦਾ, ਕਿਉਂਕਿ ਸ਼ੇਰ ਮਹਿਸੂਸ ਕਰਦਾ ਹੈ ਕਿ ਕੁੱਤੇ ਦੀ ਇੰਨੀ ਔਕਾਤ ਨਹੀਂ ਕਿ ਉਸ 'ਤੇ ਦਹਾੜਿਆ ਜਾਵੇ। ਇਸੇ ਤਰ੍ਹਾਂ ਹੀ ਬੰਦਗੀ ਕਰਨ ਵਾਲੇ ਗੁਰਮੁਖ ਸਾਕਤਾਂ ਦੀ ਨਿੰਦਿਆ ਦੀ ਪਰਵਾਹ ਨਹੀਂ ਕਰਦੇ ਅਤੇ ਨੇਕੀ ਕਰੀ ਹੀ ਜਾਂਦੇ ਹਨ। ਜੇ ਸ਼ੇਰ ਕੁੱਤੇ ਦੇ ਭੌਂਕਣ ਕਾਰਨ ਦਹਾੜਨ ਲੱਗ ਜਾਵੇ ਤਾਂ ਉਸਦਾ ਬੋਲਣਾ ਦਹਾੜਨਾ ਨਹੀਂ ਸਮਝਿਆ ਜਾਵੇਗਾ ਬਲਕਿ ਭੌਂਕਣਾ ਸਮਝਿਆ ਜਾਵੇਗਾ। ਜੇ ਗੁਰਸਿੱਖ ਨਿੰਦਕ ਦੀ ਨਿੰਦਾ ਕਰਨ ਲੱਗ ਜਾਵੇ ਤਾਂ ਉਸਦੇ ਬੋਲ ਬਚਨ ਨਹੀਂ ਕਹਾਉਣਗੇ ਬਲਕਿ ਨਿੰਦਾ ਕਹਾਉਣਗੇ ਅਤੇ ਉਹ ਗੁਰਸਿੱਖ ਤੋਂ ਨਿੰਦਕ ਬਣ ਜਾਵੇਗਾ। ਸੋ ਗੁਰਸਿੱਖ ਖਬਰਦਾਰ ਰਹਿਣ। ਜਦੋਂ ਨਜਾਇਜ਼ ਨਿੰਦਿਆ ਹੋਵੇ ਉਦੋਂ ਹੋਰ ਪਰਮੇਸ਼ਰ ਨਾਲ ਜੁੜਨਾ ਚਾਹੀਦਾ ਹੈ, ਪਹਿਲਾਂ ਨਾਲੋਂ ਵੀ ਜ਼ਿਆਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੁਰਬਾਣੀ ਦਾ ਪਾਠ ਕੀਰਤਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਅਕਾਲ ਪੁਰਖ ਦੀ ਸ਼ਰਨ ਹਾਸਲ ਕਰ ਲੈਂਦੇ ਹਾਂ ਅਤੇ ਫਿਰ ਅਕਾਲ ਪੁਰਖ ਨਿੰਦਕਾਂ ਦੇ ਮੂੰਹ ਦੀਨ ਦੁਨੀਆ ਵਿੱਚ ਕਾਲੇ ਕਰ ਦਿੰਦਾ ਹੈ, ਜੈਸਾ ਹੈ ਕਿ ਗੁਰਵਾਕ ਹੈ। ਜਨ ਕਾ ਆਪ ਸਹਾਈ ਹੋਵਾ, ਨਿੰਦਕ ਭਾਗੇ ਹਾਰ, ਭ੍ਰਮਤ ਭ੍ਰਮਤ ਊਹਾਂ ਹੀ ਮੂਏ, ਬਾਹੜ ਗ੍ਰਹਿ ਨਾ ਮੰਝਾਰ, ਨਾਨਕ ਸ਼ਰਨ ਪਰਿਓ ਦੁਖ ਭੰਜਨ, ਗੁਣ ਗਾਵੈ ਸਦਾ ਅਪਾਰ, ਨਿੰਦਕ ਕਾ ਮੁਖ ਕਾਲਾ ਹੋਵਾ, ਦੀਨ ਦੁਨੀਆ ਕੈ ਦਰਬਾਰ। ਜੇ ਕੋਈ ਨਿੰਦਕ ਕਿਸੇ ਗੁਰਸਿੱਖ ਦੀ ਨਿੰਦਿਆ ਕਰੇ ਤਾਂ ਗੁਰਸਿੱਖ ਨੂੰ ਹਰੀ ਨੂੰ ਅਰਾਧਨਾ ਚਾਹੀਦਾ ਹੈ। ਇਸ ਨਾਲ ਇਹ ਹੁੰਦਾ ਹੈ ਕਿ ਜਿਉਂ ਜਿਉਂ ਨਿੰਦਕ ਨਿੰਦਾ ਕਰਦਾ ਹੈ ਤਿਉਂ ਤਿਉਂ ਗੁਰਸਿੱਖ ਦੀ ਹੋਰ ਚੜ੍ਹਾਈ ਹੁੰਦੀ ਹੈ ਅਤੇ ਅਖੀਰ ਵਿੱਚ ਨਿੰਦਕ ਨੂੰ ਆ ਕੇ ਗੁਰਸਿੱਖ ਦੇ ਪੈਰੀਂ ਪੈਣਾ ਪੈਂਦਾ ਹੈ। ਜੈਸਾ ਕਿ ਗੁਰੂ ਜੀ ਦਾ ਹੁਕਮ ਹੈ, ਜਿਉਂ ਜਿਉਂ ਨਿੰਦਕ ਨਿੰਦ ਕਰਹੇ ਤਿਉਂ ਤਿਉਂ ਨਿਤ ਨਿਤ ਚੜ੍ਹਾਇ ਸਵਾਈ, ਜਨ ਨਾਨਕ ਹਰ ਅਰਾਧਿਆ ਤਿਨ ਪੈਰੀ ਆਣ ਸਭ ਪਾਈ। ਗੁਰੂ ਜੀ ਦੱਸਦੇ ਹਨ ਕਿ ਗੁਰਮੁਖ ਨਾਮ ਦੇ ਰੰਗਾਂ ਵਿੱਚ ਐਸੇ ਬੇਪਰਵਾਹ ਹੁੰਦੇ ਹਨ ਅਤੇ ਇਸ ਕਦਰ ਦੁਨੀਆ ਤੋਂ ਨਿਰਲੇਪ ਹੁੰਦੇ ਹਨ ਕਿ ਜਿਉਂ ਜਿਉਂ ਨਿੰਦਕ ਉਹਨਾਂ ਦੀ ਨਿੰਦਿਆ ਕਰਦਾ ਹੈ ਤਿਉਂ ਤਿਉਂ ਉਹਨਾਂ ਨੂੰ ਸੁੱਖ ਮਹਿਸੂਸ ਹੁੰਦਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਪਰਮੇਸ਼ਰ ਦੇ ਰੰਗਾਂ ਵਿੱਚ ਰੰਗੇ ਹੋਏ ਹੁੰਦੇ ਹਨ, ਖਸਮ ਦੇ ਰਸਤੇ ਦੇ ਤੁਰਨ ਕਰਕੇ ਉਹਨਾਂ ਦੀ ਨਿੰਦਿਆ ਹੁੰਦੀ ਹੈ, ਸੋ ਉਹਨਾਂ ਨੂੰ ਇਹ ਸੁਹਾਵੀ ਮਹਿਸੂਸ ਹੁੰਦੀ ਹੈ। ਆਪਣੇ ਮਹਿਬੂਬ ਦਾ ਸਾਰਾ ਕੁਝ ਹੀ ਚੰਗਾ ਲੱਗਦਾ ਹੁੰਦਾ ਹੈ, ਮਹਿਬੂਬ ਵੱਲੋਂ ਮਿਲੇ ਹੋਏ ਗਮ ਵੀ ਅਜ਼ੀਜ਼ ਹੁੰਦੇ ਹਨ। ਇਹ ਗੁਰਮੁਖਾਂ ਆਸ਼ਕਾਂ ਦੀ ਗੱਤ ਹੈ। ਸੁਣੋ ਇਹ ਗੁਰਵਾਕ, ਨਿੰਦਕ ਕੀ ਗੱਤ ਕਤਹੂੰ ਨਾਹੀ, ਖਸਮੈ ਐਵੇਂ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ, ਤੂੰ ਸੰਤਨ ਸੁਖ ਮਾਨਾ। ਜੋ ਸੰਤਾਂ ਗੁਰਮੁਖਾਂ ਦੀ ਨਿੰਦਿਆ ਕਰਦੇ ਹਨ ਉਹਨਾਂ ਨੂੰ ਪਰਮੇਸ਼ਰ ਮਾਰ ਮੁਕਾਉਂਦਾ ਹੈ। ਗੁਰਮੁਖ ਜਾਣਦੇ ਹੁੰਦੇ ਹਨ ਕਿ ਉਹਨਾਂ ਨੂੰ ਕੁਝ ਵੀ ਸੋਚਣ ਦੀ ਜਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪਰਮੇਸ਼ਰ ਦੇ ਹੁੰਦਿਆਂ ਚਿੰਤਾ ਕਰਨ ਦੀ ਕੀ ਲੋੜ ਹੈ। ਵਾਹਿਗੁਰੂ ਜੀ ਦਾ ਇਨਸਾਫ ਅਟਲ ਹੈ, ਜੋ ਕਿ ਨਿੰਦਕ ਨੂੰ ਸਜ਼ਾ ਦੇ ਰੂਪ ਵਿੱਚ ਜ਼ਰੂਰ ਵੱਜਦਾ ਹੈ।
ਸੋ ਉਹ ਨਿੰਦਿਆ ਦੀ ਚਿੰਤਾ ਛੱਡ ਕੇ ਅਚਿੰਤ ਹੋ ਜਾਂਦੇ ਹਨ। ਇਸ ਗੁਰਬਾਣੀ ਪੰਕਤੀ ਮੁਤਾਬਕ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ, ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ। ਲੋਕ ਤਾਂ ਕਿਸੇ ਦੀ ਨਿੰਦਾ ਚੁਗਲੀ ਸੁਣ ਕੇ ਸਾਡੇ ਬਾਰੇ ਗਲਤ ਵਹਿਮੀ ਦਾ ਸ਼ਿਕਾਰ ਹੋ ਸਕਦੇ ਹਨ, ਪਰ ਅੰਤਰਜਾਮੀ ਵਾਹਿਗੁਰੂ ਸਾਹਿਬ ਕਦੇ ਵੀ ਕਿਸੇ ਦੇ ਝੂਠ ਨਾਲ ਨਹੀਂ ਪਤੀਜਦਾ। ਦੁਨੀਆ ਦੀ ਗੁਰਮੁਖਾਂ ਨੂੰ ਪਰਵਾਹ ਨਹੀਂ ਹੁੰਦੀ ਅਤੇ ਵਾਹਿਗੁਰੂ ਜੀ ਨੂੰ ਕੋਈ ਭਰਮਾ ਨਹੀਂ ਸਕਦਾ। ਕੋਈ ਨਿੰਦਕ ਦੁਸ਼ਟ ਚੁਗਲੀ ਨਾਲ ਵਾਹਿਗੁਰੂ ਜੀ ਨੂੰ ਸਾਡੇ ਖਿਲਾਫ਼ ਨਹੀਂ ਕਰ ਸਕਦਾ, ਫਿਰ ਪ੍ਰਵਾਹ ਕਾਹਦੀ? ਸੁਣੋ ਇਹ ਗੁਰਵਾਕ, ਹਮਰੀ ਚਿਤਵਨੀ ਹਰ ਪ੍ਰਭ ਜਾਣੈ, ਔਰ ਕੋਈ ਨਿੰਦ ਕਰੈ ਹਰ ਜਨ ਕੀ, ਪ੍ਰਭ ਤਾਕਾ ਕਹਿਆ ਇੱਕ ਤਿਲ ਨਹੀਂ ਮਾਨੈ ਰਹਾਉ। ਸੋ ਗੁਰਮੁਖ ਨਿੰਦਿਆ ਹੋਣ 'ਤੇ ਵਿਚਲਿਤ ਨਹੀਂ ਹੁੰਦੇ, ਉਹ ਅਡੋਲ ਰਹਿੰਦੇ ਹਨ ਅਤੇ ਬੇਪਰਵਾਹ ਰਹਿੰਦੇ ਹਨ। ਗੁਰਮੁਖ ਜਾਣਦੇ ਹਨ ਕਿ ਜਦੋਂ ਉਹਨਾਂ ਦੀ ਨਿੰਦਿਆ ਹੁੰਦੀ ਹੈ ਤਾਂ ਇਸ ਦੇ ਦੋ ਹੀ ਨਤੀਜੇ ਨਿਕਲਦੇ ਹਨ। ਜੇ ਨਿੰਦਿਆ ਉਹਨਾਂ ਦੇ ਪ੍ਰਲੱਭਤ ਕਰਮਾਂ ਕਰਕੇ ਹੋਵੇ ਤਾਂ ਇਹ ਫਾਇਦਾ ਹੁੰਦਾ ਹੈ ਕਿ ਇਹਨਾਂ ਪਾਪਾਂ ਦੀ ਮੈਲ ਨਿੰਦਿਆ ਰਾਹੀਂ ਸੌਖੀ ਹੀ ਉਤਰ ਜਾਂਦੀ ਹੈ ਅਤੇ ਉਹਨਾਂ ਦੇ ਸਿਰ ਤੋਂ ਪਾਪਾਂ ਦਾ ਬੋਝ ਹਲਕਾ ਹੋ ਜਾਂਦਾ ਹੈ। ਜੇ ਨਿੰਦਿਆ ਬਿਲਕੁਲ ਹੀ ਨਜਾਇਜ਼ ਹੁੰਦੀ ਹੋਵੇ ਤਾਂ ਜ਼ਰੂਰ ਹੀ ਉਹਨਾਂ ਦੀ ਆਤਮਿਕ ਅਵਸਥਾ ਅੱਗੇ ਨਾਲੋਂ ਉੱਚੀ ਹੋ ਜਾਂਦੀ ਹੈ। ਜੇ ਨਿੰਦਿਆ ਹੁੰਦੀ ਹੋਵੇ ਅਤੇ ਜੇ ਤੁਸੀਂ ਉਸ ਵੇਲੇ ਨਾਮ ਸਿਮਰਨ ਵਿੱਚ ਲੱਗੇ ਰਹੋ ਤਾਂ ਤੁਸੀਂ ਪ੍ਰਤੱਖ ਮਹਿਸੂਸ ਕਰੋਗੇ ਕਿ ਤੁਹਾਡੀ ਆਤਮਿਕ ਅਵਸਥਾ ਉੱਚੀ ਹੋ ਗਈ ਹੈ। ਸੋ ਗੁਰਮੁਖ ਨਿੰਦਿਆ ਦੀ ਪਰਵਾਹ ਨਹੀਂ ਕਰਦੇ। ਭਗਤ ਕਬੀਰ ਜੀ ਨੇ ਤਾਂ ਨਿੰਦਿਆ ਬਾਰੇ ਇਹ ਸ਼ਬਦ ਉਚਾਰ ਕੇ ਹੱਦ ਹੀ ਕਰ ਦਿੱਤੀ ਹੈ। ਉਹ ਹੁਕਮ ਕਰਦੇ ਹਨ, ਗੌੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ ਰਹਾਓ। ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੇ ਬਸਾਈਐ, ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕਪੜੇ ਨਿੰਦਕ ਧੋਏ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਹੋ ਰੈ, ਹਮਰਾ ਜੀਵਨ ਨਿੰਦਕ ਲੋ ਰੈ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਇਸ ਸ਼ਬਦ ਦਾ ਤੱਤ ਭਾਵ ਇਹ ਹੈ ਕਿ ਜੇ ਆਪਣਾ ਹਿਰਦਾ ਸ਼ੁੱਧ ਹੋਵੇ ਅਤੇ ਸਾਡੀ ਨਿੰਦਿਆ ਹੋਵੇ ਤਾਂ ਸਮਝ ਲਓ ਕਿ ਬਹੁਤ ਵਧੀਆ ਗੱਲ ਹੋ ਰਹੀ ਹੈ, ਕਿਉਂਕਿ ਇਸ ਨਾਲ ਪਾਪ ਧੁੱਪ ਜਾਂਦੇ ਹਨ, ਨਾਮ ਪਦਾਰਥ ਮਨ ਵਿੱਚ ਵਸ ਜਾਂਦਾ ਹੈ, ਕਿਉਂਕਿ ਗੁਰਸਿੱਖ ਔਖੇ ਸਮੇਂ ਬਹੁਤ ਹੀ ਸ਼ਿੱਦਤ ਨਾਲ ਨਾਮ ਜਪਦਾ ਹੈ, ਨਿੰਦਕ ਸਾਡੇ ਕੱਪੜੇ ਭਾਵ ਸਾਡੀ ਮੈਲ ਧੋਂਦਾ ਹੈ ਆਦਿ। ਹੋਰ ਸੁਣੋ, ਗੁਰਸਿੱਖ ਗਲਤੀਆਂ ਕਰਨ ਵੱਲੋਂ ਸੁਚੇਤ ਰਹਿੰਦੇ ਹਨ ਕਿਉਂਕਿ ਨਿੰਦਕ ਸਦਾ ਉਹਨਾਂ ਦੀਆਂ ਗਲਤੀਆਂ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਨਿੰਦਿਆ ਹੁੰਦੀ ਹੈ ਤਾਂ ਹਉਮੈ ਵੀ ਕੰਟਰੋਲ ਵਿੱਚ ਰਹਿੰਦੀ ਹੈ। ਇਹਨਾਂ ਕਾਰਨਾਂ ਕਰਕੇ ਨਿੰਦਕ ਤਾਂ ਸਗੋਂ ਦੋਸਤ ਹੋਇਆ, ਜੋ ਕਿ ਸਾਡਾ ਐਨ ਫਾਇਦਾ ਕਰਦਾ ਹੈ। ਇਸ ਲਈ ਗੁਰਮੁਖ ਖੁਸ਼ ਹੁੰਦੇ ਹਨ ਜਦੋਂ ਉਹਨਾਂ ਦੀ ਨਿੰਦਾ ਹੁੰਦੀ ਹੈ। ਜੇ ਕੋਈ ਮਾੜੀ ਮੋਟੀ ਨਿੰਦਿਆ ਕਰਦਾ ਹੈ ਤਾਂ ਪਰਵਾਹ ਨਹੀਂ ਕਰਨੀ ਚਾਹੀਦੀ, ਪਰ ਜੇ ਨਿੰਦਿਆ ਕਾਰਨ ਸਿੱਖੀ ਦੀ ਹਾਨੀ ਹੁੰਦੀ ਹੋਵੇ ਜਾਂ ਗਲਤ ਫਹਿਮੀ ਕਾਰਨ ਆਪਣਾ ਜਾਂ ਹੋਰ ਕਿਸੇ ਦਾ ਬਹੁਤਾ ਨੁਕਸਾਨ ਹੁੰਦਾ ਹੋਵੇ ਤਾਂ ਇਸ ਵਿੱਚ ਕੋਈ ਹਰਜ਼ ਨਹੀਂ ਜੇ ਝੂਠੀ ਨਿੰਦਿਆ ਦਾ ਸਪਸ਼ਟੀਕਰਨ ਸੰਗਤਾਂ ਦੇ ਰੂਬਰੂ ਕਰ ਦਿੱਤਾ ਜਾਵੇ। ਸਮੇਂ ਅਨੁਸਾਰ ਨਿੰਦਕਾਂ ਦਾ ਸੋਧਾ ਵੀ ਲੱਗ ਜਾਇਆ ਕਰਦਾ ਹੈ ਜਦੋਂ ਉਹ ਗੁਰੂ ਸਾਹਿਬ ਜੀ ਜਾਂ ਪੰਥ ਖਾਲਸਾ ਦੀ ਸ਼ਾਨ ਵਿੱਚ ਬਕਵਾਸ ਕਰਨੋਂ ਨਾ ਹਟਣ। ਇਹ ਸਭ ਅਕਾਲ ਪੁਰਖ ਦੇ ਹੁਕਮ ਵਿੱਚ ਸਹੀ ਸਮੇਂ ਅਤੇ ਸਹੀ ਥਾਂ 'ਤੇ ਹੁੰਦਾ ਹੈ। ਜੇ ਨਿੰਦਿਆ ਬਾਹਲੀ ਹੁੰਦੀ ਹੋਵੇ ਅਤੇ ਇਸ ਨਾਲ ਆਪਣੇ ਮਾਨਸਿਕ ਸੰਤੁਲਨ 'ਤੇ ਫਰਕ ਪੈ ਰਿਹਾ ਹੋਵੇ ਤਾਂ ਅਕਾਲ ਪੁਰਖ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਨਿੰਦਕ ਗੁਰ ਕਿਰਪਾ 'ਤੇ ਹਟਿਓ, ਪਾਰ ਬ੍ਰਹਮ ਪ੍ਰਭ ਭਏ ਦਿਆਲਾ, ਸ਼ਿਵ ਕੈ ਬਾਣ ਸਿਰ ਕਾਟਿਓ। ਜਦੋਂ ਨਿੰਦਕ ਅੱਤ ਕਰ ਦੇਵੇ ਤਾਂ ਉਦੋਂ ਅਕਾਲ ਪੁਰਖ ਆਪੇ ਹੀ ਉਸ ਨਾਲ ਸਿੱਝ ਲੈਂਦਾ ਹੈ। ਗੁਰਸਿੱਖ ਬਸ ਨਿਸ਼ਚਿੰਤ ਹੋ ਕੇ ਬੰਦਗੀ ਕਰੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪਾਂ ਹਰ ਹਾਲਤ ਵਿੱਚ ਗੁਰਸਿੱਖੀ ਨਿਭਾਈਏ, ਚਾਹੇ ਲੋਕ ਉਸਤਤ ਕਰਨ ਚਾਹੇ ਨਿੰਦਿਆ ਕਰਨ, ਦੋਹਾਂ ਹਾਲਾਤਾਂ ਤੋਂ ਨਿਰਲੇਪ ਹੋ ਕੇ ਵਾਹਿਗੁਰੂ ਸਾਹਿਬ ਜੀ ਦੀ ਬੰਦਗੀ ਵਿੱਚ ਮਖਮੂਰ ਹੋ ਕੇ ਆਪਣਾ ਜਨਮ ਸਫਲਾ ਕਰ ਲਈਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।